ਤੁਸੀਂ ਕੀ ਮੰਨਦੇ ਹੋ ਵੀ ਇਹ ਖਿਚੜੀ ਕਿੰਨਾ ਸਮਾਂ ਖਾਵੇ ਉਹ ਅਤੇ ਉਸ ਤੋਂ ਬਾਅਦ ਇਹ ਸੰਭਾਵਨਾ ਹੈਗੀ ਹੈ ਵੀ ਜਿਹੜਾ ਉਹ ਟੀਕਾ ਹੈ ਉਹ ਲੱਗਣੋਂ ਹਟ ਜੂਗਾ ਜਾਂ ਸ਼ੂਗਰ ਜਦੋਂ ਖਤਮ ਹੋ ਜੂ ਉਹਦੇ ਨਾਲ ਲਗਾਤਾਰ ਖਾਣ ਨਾਲ। ਹਾਂਜੀ ਇਹ ਇੰਨੇ ਕੁ ਇਫੈਕਟਿਵ ਹੈ ਵੀਰ ਜੀ, ਮੈਂ ਪਿਛਲੇ 20 ਸਾਲਾਂ ਤੋਂ ਡਾਕਟਰੀ ਲਾਈਨ ਨਾਲ ਜੁੜਿਆ ਹੋਇਆ। ਮੈਂ ਅੱਜ ਤੱਕ ਆਪਦੀ ਲਾਈਫ ਦੇ ਵਿੱਚ ਕਦੇ ਕੋਈ ਪੇਸ਼ੈਂਟ ਸ਼ੂਗਰ ਦਾ ਠੀਕ ਹੁੰਦਾ ਨਹੀਂ ਸੀ ਦੇਖਿਆ। ਇੱਥੇ ਜਾਣੀ ਕਿ ਮੈਂ ਇੱਕ ਵੀ ਪੇਸ਼ੈਂਟ ਇਹ ਜਾਣੀ ਦੇਖਿਆ ਵੀ ਜਿਹਨੇ ਕਿਹਾ ਹੋਵੇ ਵੀ ਮੈਂ ਇਹ ਮੈਲਟ ਖਾਧੇ ਅਤੇ ਵੀ ਮੈਂ ਠੀਕ ਨਹੀਂ ਹੋਇਆ। ਸਿਰਫ ਲੋਕਾਂ ਨੂੰ ਦਿਖਾਉਣ ਖਾਤਰ ਇਹ ਕੋਧਰਾ ਰੱਖਿਆ, ਇਹਦਾ ਕਲਰ ਵਾਈਟ ਹੈ, ਪਰ ਇਹਨੂੰ ਤੁਸੀਂ ਖਾਓਗੇ ਨਾ ਕੋਈ ਜਾਣੀ ਕਿ ਬੈਨੀਫਿਟ ਤੁਹਾਨੂੰ ਨਹੀਂ ਦੇਣਾ ਕਿਉਂਕਿ ਇਹ ਪੋਲਿਸ਼ ਹੈ। ਕਣਕ ਦੀ ਰੋਟੀ ਜੇ ਤੁਹਾਨੂੰ ਹਾਂਜੀ ਸ਼ੂਗਰ ਵਗੈਰਾ ਮੋਟਾਪਾ ਕੋਈ ਮੇਜਰ ਸਮੱਸਿਆ ਤਾਂ ਤੁਸੀਂ ਇਹਨੂੰ ਅਵੋਇਡ ਹੀ ਕਰੋ। ਪਰ ਯਾਰ ਜਿਹੜੀ ਰੋਟੀ ਵਾਲੀ ਗੱਲ ਹੈ ਜਿਹੜੀ ਹਾਜ਼ਮ ਨਹੀਂ ਹੁੰਦੀ ਰੋਟੀ, ਤੁਹਾਨੂੰ ਮਿਲੇ ਇਹੋ ਜਿਹੇ ਲੋਕ ਜਿਨ੍ਹਾਂ ਨੇ ਛੱਡਤੀ ਰੋਟੀ? ਹਾਂਜੀ ਕਾਲ, ਮੈਂ ਸੁੱਖੀ ਮੰਗਾਣੀਆਂ, ਤੁਸੀਂ ਵੇਖ ਰਹੇ ਹੋ ਸਰਲੇਖ। ਮੋਗਾ ਜ਼ਿਲ੍ਹੇ ਦੇ ਏਰੀਏ ਦੇ ਵਿੱਚ ਨਿਹਾਲ ਸਿੰਘ ਵਾਲਾ ਪੈਂਦਾ, ਜਿੱਥੇ ਅਸੀਂ ਪਹੁੰਚੇ ਹਾਂ ਪਬਲਿਕ ਗਰੋਸਰੀ ਸਟੋਰ। ਬਹੁਤ ਚੰਗੀ ਜਾਣਕਾਰੀ ਤੁਹਾਨੂੰ ਦੇਣ ਲੱਗੇ ਹਾਂ, ਕੁਝ ਚੀਜ਼ਾਂ ਜੋ ਸਾਡੀ ਜ਼ਿੰਦਗੀ 'ਚੋਂ ਮਨਫੀ ਹੋ ਗਈਆਂ, ਕੁਝ ਫਸਲਾਂ ਜੋ ਅਸੀਂ ਉਗਾਉਣ ਤੋਂ ਕੋਹਾਂ ਦੂਰ ਚਲੇ ਗਏ। ਅਸੀਂ ਸਾਰੇ ਕਣਕ ਦੀ ਰੋਟੀ ਖਾਂਦੇ ਹਾਂ, ਪਰ ਕਣਕ ਬੀਜਣ ਤੋਂ ਲੈ ਕੇ ਕਣਕ ਵੱਢਣ ਤੱਕ ਅਸੀਂ ਅਨੇਕਾਂ ਰੇਹਾਂ ਸਪਰੇਹਾਂ ਅਤੇ ਹੋਰ ਜਿਹੜੀਆਂ ਸਬਜ਼ੀਆਂ ਭਾਜੀਆਂ ਅਸੀਂ ਉਗਾਉਂਦੇ ਹਾਂ ਉਹਨਾਂ ਵਿੱਚ ਵੀ ਰੇਹਾਂ ਸਪਰੇਹਾਂ ਅਸੀਂ ਪਾਉਂਦੇ ਹਾਂ, ਅਤੇ ਜਿਹਦਾ ਅਸਰ ਅਸੀਂ ਸਾਡੀਆਂ ਉਮਰਾਂ ਘੱਟ ਗਈਆਂ, ਜਿਹੜੇ ਹੋਰ ਬਹੁਤ ਸਾਰੇ ਜਿਹੜੇ ਭਿਆਨਕ ਬਿਮਾਰੀਆਂ ਨਾਲ ਅਸੀਂ ਖਮਿਆਜੇ ਭੁਗਤ ਰਹੇ ਹਾਂ ਉਹ ਸਾਡੇ ਸਾਰਿਆਂ ਸਾਹਮਣੇ ਨੇ। ਪਰ ਕੁਝ ਚੀਜ਼ਾਂ ਜਿਹੜੀਆਂ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਤੋਂ ਸਾਨੂੰ ਬਚਾ ਸਕਦੀਆਂ ਨੇ, ਉਹ ਚੀਜ਼ਾਂ ਬਾਰੇ ਅਸੀਂ ਤੁਹਾਡੇ ਨਾਲ ਬਾਈ ਗੁਰਜੀਤ ਜੀ ਨੂੰ ਮਿਲਾਉਣ ਜਾ ਰਹੇ ਹਾਂ, ਜਿਹੜੇ ਇਹਨਾਂ ਚੀਜ਼ਾਂ ਬਾਰੇ ਸਾਨੂੰ ਜਾਣਕਾਰੀ ਦੇਣਗੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਰਲੇਖ TV ਚੈਨਲ ਦਾ ਅਤੇ ਨਾਲ ਹੀ ਵੀਰ ਸੁੱਖੀ ਮੰਗਾਣੀਆਂ ਜੀ ਦਾ, ਜਿਨ੍ਹਾਂ ਨੇ ਸਾਡੇ ਇੱਥੇ ਪਹੁੰਚ ਕੇ ਜੋ ਸਾ ਬਿਨਾਂ ਰੇਹਾਂ ਸਪਰੇਹਾਂ ਤੋਂ ਜਾਂ ਮਿਲਟਾਂ ਸੰਬੰਧੀ ਜਾਣਕਾਰੀ ਉਹ ਲੋਕਾਂ ਤੱਕ ਪਹੁੰਚਾਉਣ ਦੇ ਇਹ ਜ਼ਰੀਆ ਬਣੇ ਨੇ। ਜੀ ਆਇਆਂ ਨੂੰ ਵੀਰ ਜੀ। ਬਾਈ ਜੀ ਤੁਸੀਂ ਲਿਖਿਆ ਸ਼ੁੱਧ ਖਾਓ ਸਿਹਤਮੰਦ ਹੋ ਜਾਓ, ਕੋਧਰਾ ਕੰਗਣੀ ਸੁਬਾਕ ਦੇ ਚੌਲ ਕੁਟਕੀ ਛੋਟੀ ਹਰੀ ਕੰਗਣੀ, ਇਹਨਾਂ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਦਿਓ। ਤੁਸੀਂ ਬਕਾਇਦਾ ਫਲੈਕਸ ਲਾ ਕੇ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਕੀ ਰਾਜ ਹੈ ਇਸ ਗੱਲ? ਇਹ ਵੀਰ ਜੀ ਮੂਲ ਅਨਾਜ ਨੇ ਸਾਡੇ, ਪੁਰਾਤਨ ਸਮੇਂ ਦੇ ਵਿੱਚ ਆਪਣੇ ਹੀ ਇੱਥੇ ਖਿੱਤੇ ਦੇ ਵਿੱਚ ਹੁੰਦੇ ਸੀਗੇ, ਜਿਸ ਤਰ੍ਹਾਂ ਆਪਾਂ ਸਾਖੀਆਂ ਦੇ ਵਿੱਚ ਸੁਣਦੇ ਹਾਂ ਵੀ ਬਾਬੇ ਨਾਨਕ ਨੇ ਲਾਲੋ ਦੇ ਘਰ ਕੋਧਰੇ ਦੀ ਰੋਟੀ ਖਾਧੀ, ਅਤੇ ਹੌਲੀ ਹੌਲੀ ਇਹ ਇੱਥੋਂ ਜਾਂਦਾ ਰਿਹਾ। ਜਿਸ ਤਰ੍ਹਾਂ ਅੱਜ ਕੱਲ੍ਹ ਨਰਮਾ ਗਾਇਬ ਹੋ ਗਿਆ ਜਾਂ ਹੋਰ ਫਸਲਾਂ, ਲੋਕਾਂ ਨੇ ਇਹਦੀ ਬਜਾਂਦ ਛੱਡਤੀ ਹੈ, ਹੁਣ ਇਹ ਸਾਊਥ ਵਾਲੀ ਸਾਈਡ ਪਾਇਆ ਜਾਂਦਾ। ਅਤੇ ਅਸੀਂ ਪਿਛਲੇ 2 ਸਾਲਾਂ ਤੋਂ ਡਾਕਟਰ ਅਮਰ ਸਿੰਘ ਜੀ ਯਾਦ ਉਹਨਾਂ ਦੇ ਬੜੇ ਧੰਨਵਾਦੀ ਹੈ, ਇਹ ਜੋ ਕੋਧਰਾ ਕੰਗਣੀ ਦੀ ਰਿਸਰਚ ਹੈ ਜਿਹੜੀ ਡਾਕਟਰ ਖਾਦਰ ਬਲੀ ਜੀ ਨੇ ਕੀਤੀ, ਬਟ ਪੰਜਾਬ 'ਚ ਇਹਨੂੰ ਡਾਕਟਰ ਅਮਰ ਸਿੰਘ ਯਾਦ ਜਾਂ ਡਾਕਟਰ ਗੁਰਮੁਖ ਸਿੰਘ ਬਟਾਲਾ ਲੈ ਕੇ ਆਏ ਹੈ। ਸਪੈਸ਼ਲ ਧੰਨਵਾਦ ਅਸੀਂ ਕਰਦੇ ਹਾਂ ਡਾਕਟਰ ਅਮਰ ਸਿੰਘ ਆਜ਼ਾਦ ਜੀ ਦਾ, ਜਿਨ੍ਹਾਂ ਨੇ ਸਾਨੂੰ ਇਹਦੇ ਬਾਰੇ ਦੱਸਿਆ। ਅਤੇ ਇਹ ਇੰਨੇ ਕੁ ਇਫੈਕਟਿਵ ਹੈ ਵੀਰ ਜੀ, ਮੈਂ ਪਿਛਲੇ 20 ਸਾਲਾਂ ਤੋਂ ਡਾਕਟਰੀ ਲਾਈਨ ਨਾਲ ਜੁੜਿਆ ਹੋਇਆ, ਮੈਂ RMP ਡਾਕਟਰ ਹਾਂ ਜੀ। ਮੈਂ ਅੱਜ ਤੱਕ ਆਪਦੀ ਲਾਈਫ ਦੇ ਵਿੱਚ ਕਦੇ ਕੋਈ ਪੇਸ਼ੈਂਟ ਸ਼ੂਗਰ ਦਾ ਠੀਕ ਹੁੰਦਾ ਨਹੀਂ ਸੀ ਦੇਖਿਆ, ਚਾਹੇ ਤੁਸੀਂ ਐਲੋਪੈਥੀ ਮੈਡੀਸਨ ਲੈ ਲਓ, ਚਾਹੇ ਤੁਸੀਂ ਆਯੁਰਵੈਦ ਵੀ ਲੈ ਲਓ, ਹਾਲਾਂਕਿ ਆਯੁਰਵੈਦ ਦੇ ਐਲੋਪੈਥੀ ਦੇ ਮੁਕਾਬਲੇ ਸਾਈਡ ਇਫੈਕਟ ਘੱਟ ਨੇ, ਪਰ ਮੈਂ ਅੱਜ ਤੱਕ ਪ੍ਰੋਪਰ ਕੋਈ ਪੇਸ਼ੈਂਟ ਇਹ ਨਹੀਂ ਸੀ ਦੇਖਿਆ ਵੀ ਕਿਸੇ ਨੇ ਟ੍ਰੀਟਮੈਂਟ ਲਿਆ ਅਤੇ ਉਹਨੂੰ ਸ਼ੂਗਰ ਰਹੀ। ਪਿਛਲੇ 2 ਸਾਲਾਂ ਤੋਂ ਅਸੀਂ ਡਾਕਟਰ ਅਮਰ ਸਿੰਘ ਜੀ ਯਾਦ ਜੀ ਨਾਲ ਜੁੜੇ ਹਾਂ, ਕਾਫੀ ਉਹਨਾਂ ਨਾਲ ਮੀਟਿੰਗਾਂ ਵੀ ਕੀਤੀਆਂ, ਇੱਥੇ ਵੀ ਕੈਂਪ ਵੀ ਲਗਵਾਇਆ ਉਹਨਾਂ ਨੇ ਜੀ, ਜਾਂ ਹਰ ਸੋਮਵਾਰ ਸਾਡੀ ਜੂਮ 'ਤੇ ਮੀਟਿੰਗ ਹੁੰਦੀ ਹੈ ਜੀ, ਉਹਦੇ 'ਚ ਵੀ ਉਹਨਾਂ ਨਾਲ ਵਿਚਾਰ ਵਟਾਂਦਰਾ ਚੱਲਦਾ। ਅਤੇ ਇੱਥੇ ਜਾਣੀ ਕਿ ਮੈਂ ਇੱਕ ਵੀ ਪੇਸ਼ੈਂਟ ਇਹ ਜਾਣੀ ਦੇਖਿਆ ਵੀ ਜਿਹਨੇ ਕਿਹਾ ਹੋਵੇ ਵੀ ਮੈਂ ਇਹ ਮਿਲਟ ਖਾਧੇ ਅਤੇ ਵੀ ਮੈਂ ਠੀਕ ਨਹੀਂ ਹੋਇਆ। ਮਿਲਟ ਮੂਲ ਰੂਪ 'ਚ ਇਹ ਅਨਾਜ ਹੀ ਹੈ, ਭੋਜਨ ਕੋਈ ਮੈਡੀਸਨ ਨਹੀਂ। ਜਿਸ ਤਰ੍ਹਾਂ ਵੱਖ ਵੱਖ ਜਿਹੜੇ ਫਸਟ ਟਾਈਮ ਪਰਸਨ ਆਉਂਦੇ ਆ, ਕੋਈ ਆ ਕੇ ਕਹਿੰਦਾ ਸ਼ੂਗਰ ਦੀ ਦਵਾਈ ਮਿਲਦੀ ਹੈ ਜਾਂ ਇੱਦਾਂ ਨੂੰ ਪੁਕਾਰਦੇ, ਪਰ ਹੈ ਇਹ ਭੋਜਨ ਹੀ ਹੈ।
बाजरे के परिवार के सत्त तरह के होंगे है, जिस तरह कोदरा कंगनी सबांक कुटकी तो हरी कंगनी, ये पांच मिल्ट खिचड़ी के रूप के खाधे जाते हैं। दो हो गए जवार ते रागी, उन्होंने तुसी आटा बना के भी खा सकते हो। इन्हों का आटा डॉक्टर अमर सिंह जी याद या डॉक्टर विश्व रूप राय चौधरी उन्होंने मुताबक इन्हों का आटा इन्हों का कि कोई भी आटा यानी कि तत्त मच जाते हैं तो इन खिचड़ी के रूप लेना ही बेहतर होता है। खिचड़ी बनाने का तरीका की है? हाँ जी, इनू एक मिल्ट मोस्टली बीमारियों के दो दिन खाना होंगे, जिमें पंज है पंजा दो दो दिन खाधा दस दिन लंघते हैं। जो मिल्ट अज धरिया फॉर एग्जाम्पल अज कोदरा बनाया तुसी ते कल नू भी कोदरा ही बनाना, तीसरे दिन चेंज कर देना, तीसरे दिन फिर तुसी कंगनी धरनी है, चौथे दिन भी कंगनी बनानी है। एक मिल्ट नू दो दिन खाना, मिक्स नहीं करना, नहीं अलग अलग ही खाना, क्योंकि इन्हां दे हजम होण दे तरीके ते गुण तत्त इन्हां दे वख वख है ते वख वख तरीके नाल ही इह खाणे आ। सैकंड हो गया जी, इहनू बनाउण तों पहिलां भिउणा बहुत जरूरी है, हाँ जी भिउंते बिना इहनू खाना ही नहीं, अठ घंटे मिनीमम दस घंटे भी भिउं सकते हो, पर यानी इन्ने ज़्यादा ना पानी भिउवांगे वह पानी का की करना, वह पानी बिच ही यूज़ करना है। अच्छा। हाँ जी, डोलना नहीं है। तो एक इदा जी, ये बाजार के कई जने कोई पॉलिश वाले भी मिल रहे हैं, जी जिन्हों घट जानकारी है वीर ज नहीं है, वो सने छिलके भी इनू बेची जाते हैं, जिदे करके जे तुम्हें कोई अपने मिलया हो आपू नहीं फर्क पिया तो वो रीज़न यही रहे होंगे भी उन्होंने छिलके वाला ज पॉलिश वाला खाधा, जिमें असी सिर्फ लोगों दिखाने खातर एक कोदरा रखे यदा कलर वाइट है, पर इनू इनू तुसी खाओगे ना कोई यानी कि बेनीफिट तुहानू नहीं देना, क्योंकि पॉलिश है। खाण वाला कोदरा जो यदा कुदरती रंग है वो ये वाला ही है जी, यदा कुदरती रंग है, बिना रे स्प्रे तो बिना किसी पॉलिश तो है, बिल्कुल ऑरगेनिक है जी। ਇਹਦੇ ਨਾਲ ਖਿਚੜੀ ਖਾਣ ਲੱਗਦਾ ਜੀ ਵੀਰ ਜੀ, ਪਰਹੇਜ਼ ਕਿਹੜੇ ਜ਼ਰੂਰੀ ਨੇ? ਹਾਂਜੀ, ਪਰਹੇਜ਼ ਇਹਦੇ ਵਿੱਚ ਸਾਡੇ ਜੋ ਡਾਕਟਰਾਂ ਦੀ ਸੁਲਝੀ ਹੋਈ ਟੀਮ ਹੈ ਜਾਂ ਜਿਨ੍ਹਾਂ ਦੀ ਰਿਸਰਚ ਹੈ ਉਹਨਾਂ ਮੁਤਾਬਕ ਕਣਕ ਅਤੇ ਚੌਲ ਦੋ ਚੀਜ਼ਾਂ ਤਾਂ ਮਨਫੀ ਕਰਨੀਆਂ ਪੈਣਗੀਆਂ ਤੁਹਾਨੂੰ, ਕਿਉਂਕਿ ਉਹਨਾਂ ਦੀ ਰਿਸਰਚ ਦੇ ਵਿੱਚ ਇਹਨਾਂ ਨੂੰ ਨੈਗੇਟਿਵ ਰੋਟੀ ਫਿਰ ਜਮੀ ਨਹੀਂ ਖਾਣੀ, ਕਣਕ ਦੀ ਰੋਟੀ ਜੇ ਤੁਹਾਨੂੰ ਹਾਂਜੀ ਸ਼ੂਗਰ ਵਗੈਰਾ ਮੋਟਾਪਾ ਕੋਈ ਮੇਜਰ ਸਮੱਸਿਆ ਤਾਂ ਤੁਸੀਂ ਇਹਨੂੰ ਅਵਾਇਡ ਹੀ ਕਰੋ, ਡਾਕਟਰ ਸਾਹਿਬ ਤਾਂ ਇਹੀ ਸਲਾਹ ਦਿੰਦੇ ਆ। ਉਹਦਾ ਕਾਰਨ ਕੀ ਹੈ ਵੀਰੇ, ਵਿੱਚ ਐਮਲੋਪੈਕਟ ਏਰਸੈਨ ਗਲੂਟਨ ਅਤੇ ਗਲੈਡੀਨ ਤਿੰਨ ਅਜਿਹੇ ਤੱਤ ਹੈ ਜਿਹੜੇ ਆਪਣੇ ਸਰੀਰ ਨੂੰ ਬਿਮਾਰੀਆਂ ਦਿੰਦੇ ਆ, ਇਸ ਕਰਕੇ ਉਹਨਾਂ ਨੇ ਇਹਨੂੰ ਨੈਗੇਟਿਵ ਭੋਜਨ ਕਹਿਤਾ ਵੀ ਕਣਕ ਅਤੇ ਚੌਲ ਤੁਸੀਂ ਆਪਣੀ ਲਾਈਫ 'ਚੋਂ ਮਨਫੀ ਕਰੋ ਅਤੇ ਇਹਨਾਂ ਨੂੰ ਛੱਡਣਾ ਹੀ ਪਊਗਾ ਜੀ। ਚੌਲ ਤਾਂ ਪੰਜਾਬੀ ਚਲੋ ਘੱਟ ਮੰਨਦੇ, ਹਾਂਜੀ, ਪਰ ਯਾਰ ਜਿਹੜੀ ਰੋਟੀ ਵਾਲੀ ਗੱਲ ਹੈ ਜਿਹੜੀ ਹਾਜ਼ਮ ਨਹੀਂ ਹੁੰਦੀ ਰੋਟੀ, ਤੁਹਾਨੂੰ ਮਿਲੇ ਇਹੋ ਜਿਹੇ ਲੋਕ ਜਿਨ੍ਹਾਂ ਨੇ ਛੱਡਤੀ ਰੋਟੀ? ਹਾਂਜੀ, ਬਹੁਤ ਜ਼ਿਆਦਾ ਅਸੀਂ ਖੁਆਦੀ ਹੈਗੇ ਪਹਿਲਾਂ ਤਾਂ, ਕਿਉਂਕਿ ਆਪਣੇ ਦਾ ਇਕਾਤ ਹੈ ਨਾ, ਹਾਂਜੀ ਜਦੋਂ ਬਿਮਾਰੀ ਪੈ ਗਈ ਜੀ ਫਿਰ ਤਾਂ ਸੰਭਵ ਹੈ। ਹਾਂਜੀ, ਨਹੀਂ ਤਾਂ ਨੋਰਮਲ ਜ਼ਿੰਦਗੀ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਉਹ ਐਂ ਕੀ ਹੁੰਦਾ ਹੈ। ਇਹਦੇ ਵਿੱਚ ਕੀ ਹੁੰਦਾ ਸੁੱਖੀ ਭਾਅ ਜੀ, ਵੀ ਜਿਹੜੇ ਇਹ ਆਪਣਾ ਸਰੀਰ ਹੈ ਇਹ 21 ਦਿਨ ਲੈਂਦਾ ਤੁਸੀਂ ਕੋਈ ਵੀ ਚੀਜ਼ ਐਕਸੈਪਟ ਕਰਨੀ ਹੈ ਜਾਂ ਤੁਸੀਂ ਛੱਡਣੀ ਹੈ। ਫਾਰ ਐਗਜ਼ਾਮਪਲ ਆਪਾਂ ਜਦੋਂ ਦੇ ਪੈਦਾ ਹੋਏ ਉਦੋਂ ਤੋਂ ਕਣਕ ਹੀ ਖਾ ਰਹੇ ਹਾਂ, ਆਪਣੇ ਪਿਓ ਦਾਦੇ ਤੋਂ ਹੀ ਖਾ ਰਹੇ ਹਾਂ ਜੀ, ਇਸ ਕਰਕੇ ਆਪਾਂ ਨੂੰ ਥੋੜ੍ਹਾ ਜਦੋਂ ਆਪਾਂ ਕਿਸੇ ਨੂੰ ਕਹਿੰਦੇ ਹਾਂ ਵੀ ਕਣਕ ਨਹੀਂ ਖਾਣੀ ਤਾਂ ਉਹਨੂੰ ਇੱਦਾਂ ਅਜੀਬ ਜਿਹਾ ਬੜਾ ਲੱਗਦਾ ਵੀ ਕਣਕ ਖਾਣੀ ਨਹੀਂ, ਅੱਛਾ ਵੀ ਜਿਵੇਂ ਕੁਛ ਵੀ ਬਸ ਹੁਣ ਤਾਂ ਰਿਹਾ ਹੀ ਨਹੀਂ ਕੁਛ, ਪਰ ਇੱਦਾਂ ਦੀ ਕੋਈ ਗੱਲ ਨਹੀਂ, ਤੁਸੀਂ ਜਾਣੀ ਜਦੋਂ ਖਿਚੜੀ ਖਾਓਗੇ ਤਾਂ ਤੁਹਾਨੂੰ ਖੁਦ ਪਤਾ ਲੱਗ ਜਾਣਾ, ਉਹੀ ਤੁਹਾਡੇ ਟੇਸਟ ਮੂੰਹ ਲੱਗ ਜਾਣਾ, ਬਾਕੀ ਇਹਨਾਂ ਦੇ ਜਦੋਂ ਤੁਸੀਂ ਉਹਦੇ ਨਾਲ ਕੰਪੇਅਰ ਕਰੋਗੇ ਬਾਕੀ ਅਨਾਜਾਂ ਦੇ ਨਾਲ, ਇਹਨਾਂ ਦੇ ਤੱਤ ਜਿਸ ਤਰ੍ਹਾਂ ਜਿਵੇਂ ਕਣਕ ਚੌਲ ਦੇ ਵਿੱਚ ਫਾਈਬਰ ਵੀ ਨਹੀਂ ਪਾਇਆ ਜਾਂਦਾ, ਬਹੁਤ ਘੱਟ ਮਾਤਰਾ 'ਚ ਪਾਇਆ ਜਾਂਦਾ, ਅਤੇ ਇਹਨਾਂ ਦੇ ਵਿੱਚ ਫਾਈਬਰ ਵੀ ਹੈ, ਬਾਕੀ ਅਗਰ ਤੁਹਾਡਾ ਸਰੀਰ ਤੰਦਰੁਸਤ ਰਹਿਣ ਲੱਗ ਗਿਆ, ਤੁਹਾਡੇ 'ਚ ਚੁਸਤੀ ਫੁਰਤੀ ਆਉਂਦੀ ਹੈ, ਤੁਸੀਂ ਆਪਣੇ ਆਪ ਨੂੰ ਬਿਹਤਰ ਮਹਿਸੂਸ ਕਰਦੇ ਹੋ ਤਾਂ ਤੁਸੀਂ ਬਿਲਕੁਲ ਇਹਨੂੰ ਖਾਓਗੇ ਤਾਂ ਲੋਕ ਖਾ ਰਹੇ ਹੈ ਜੀ। ਇਹ ਤੁਸੀਂ ਕਹਿੰਦੇ ਵੀ ਔਰਗੈਨਿਕ ਨੇ? ਹਾਂਜੀ, ਆਪ ਖੁਦ ਬਣਾ ਖੇਤੀ ਕਰਦੇ ਹੋ ਜਾਂ ਇਹਦੇ ਜਾਂ ਫਿਰ ਕਿੱਥੋਂ ਆਉਂਦੇ ਨੇ? ਨਹੀਂ, ਫਿਲਹਾਲ ਅਸੀਂ ਜੀ ਇਹਨੂੰ ਸਾਊਥ ਤੋਂ ਲੈ ਰਹੇ ਹਾਂ, ਆਪਣੇ ਇੱਥੇ ਖੇਤੀ ਪਿਛਲੇ 2 ਸਾਲਾਂ ਤੋਂ ਅਸੀਂ ਬੀਜ ਫ੍ਰੀ ਦੇ ਰਹੇ ਹਾਂ। ਸਾਉਣੀ ਦੀ ਇਹ ਫਸਲ ਹੈ, ਅਪ੍ਰੈਲ ਦੇ ਲਾਸਟ ਜਾਂ ਮਈ ਦੇ ਪਹਿਲੇ ਹਫ਼ਤੇ ਦੀ ਬਜਾਂਦ ਹੁੰਦੀ ਹੈ, ਇੱਥੋਂ ਆਪਣੇ ਤੋਂ ਬੀਜ ਫ੍ਰੀ ਦਿੱਤੇ, ਆਪਣੇ ਨੇੜੇ ਲਾਗੇ ਪਿੰਡਾਂ ਦੇ ਵਿੱਚ ਲੋਕਾਂ ਨੇ ਬੀਜੇ ਵੀ ਹੈ ਅਤੇ ਵਧੀਆ ਇਹ ਨਿਕਲੇ ਵੀ ਹੈ। ਇੱਥੇ ਬਜਾਂਦ ਦਾ ਮੇਨ ਕਾਰਨ ਕੀ ਹੈ ਵੀ ਪੰਜਾਬ ਦੇ ਵਿੱਚ ਇਹਦਾ ਪ੍ਰੋਸੈਸਿੰਗ ਪਲਾਂਟ ਨਹੀਂ ਹੈਗਾ, ਜਿਸ ਤਰ੍ਹਾਂ ਆਪਾਂ ਝੋਨਾ ਬੀਜ ਦੀਏ ਪੰਜਾਬ ਦੇ ਵਿੱਚ ਅਤੇ ਸ਼ੈਲਰ ਇੱਥੇ ਨਾ ਹੋਵੇ, ਝੋਨਾ ਤੁਸੀਂ ਵੱਢ ਕੇ ਘਰ ਲਿਆਉਣ ਦਾ ਬਟ ਉਹਦੇ ਵਿੱਚੋਂ ਚੌਲ ਨਹੀਂ ਨਿਕਲਿਆ ਹੋਇਆ ਤਾਂ ਤੁਸੀਂ ਉਹਨੂੰ ਖਾ ਨਹੀਂ ਸਕਦੇ, ਝੋਨੇ ਨੂੰ ਡਾਇਰੈਕਟਲੀ ਨਹੀਂ ਖਾਧਾ ਜਾ ਸਕਦਾ। ਉੱਦਾਂ ਹੀ ਇਹਦੇ ਉੱਤੇ ਛਿਲਕਿਆਂ ਦੀਆਂ ਪਰਤਾਂ ਚੜੀਆਂ ਹੁੰਦੀਆਂ ਜਿਹਦੇ ਜੋ ਕਿ ਮਸ਼ੀਨਾਂ ਆਪਣੇ ਹਜੇ ਇੱਥੇ ਨਹੀਂ ਆਈਆਂ ਜੀ, ਇਸ ਕਰਕੇ ਇਹਨੂੰ ਇੱਥੇ ਜਿਨ੍ਹਾਂ ਲੋਕਾਂ ਨੇ ਬੀਜਿਆ
ਜਿਵੇਂ ਮੇਰੇ ਨੌਨ ਇੱਕ ਬੁੱਟਰ ਤੋਂ ਸੀਗੇ ਉਹ ਮੈਨੂੰ ਦਿਖਾ ਕੇ ਵੀ ਗਏ ਸੀ ਇੱਥੇ ਉਹਨਾਂ ਨੇ ਬੀਜਿਆ ਹੋਇਆ ਸੀ ਕਾਫੀ ਸਾਫ਼ ਅਤੇ ਪੂਰਾ ਸੋਹਣਾ ਸੇਮ ਇਹਦੇ ਨਾਲ ਦੀ ਕੁਆਲਿਟੀ ਸੀ ਪਰ ਦਿੱਕਤ ਇਹੀ ਹੈ ਵੀ ਇੱਥੇ ਪ੍ਰੋਸੈਸਿੰਗ ਪਲਾਂਟ ਨਾ ਹੋਣ ਕਾਰਨ ਇੱਥੇ ਥੋੜ੍ਹੀ ਜਿਹੀ ਹਜੇ ਖੇਤੀ ਨੂੰ ਦਿੱਕਤ ਆ ਰਹੀ ਅਤੇ ਆਉਣ ਵਾਲੇ ਸਮੇਂ 'ਚ ਇਹ ਵੀ ਦੂਰ ਹੋ ਜੂਗੀ ਦੋ ਤਿੰਨ ਜਗ੍ਹਾ ਇੱਥੇ ਵਿਚਾਰ ਚੱਲ ਰਹੀ ਹੈ ਔਰਡਰ ਕੀਤੇ ਹੋਏ ਹੈ ਸ਼ਾਇਦ ਡਾਕਟਰ ਗੁਰਮੁਖ ਸਿੰਘ ਬਟਾਲਾ ਜੀ ਕੋਲ ਸਭ ਤੋਂ ਪਹਿਲਾਂ ਇਹ ਪ੍ਰੋਸੈਸਿੰਗ ਪਲਾਂਟ ਲੱਗ ਰਿਹਾ ਜੇ ਅਸੀਂ ਗੱਲ ਕਰੀਏ ਸ਼ੂਗਰ ਹੈ ਜਿਹੜੀ ਬਹੁਤ ਵੱਡੇ ਪੱਧਰ 'ਤੇ ਫੈਲੀ ਹੋਈ ਹੈ ਹਾਂਜੀ ਸ਼ੂਗਰ ਜੇ ਕਿਸੇ ਮਰੀਜ਼ ਦੇ ਟੀਕਾ ਵਗੈਰਾ ਲੱਗਦਾ ਹੈ ਜੀ ਤਾਂ ਤੁਸੀਂ ਕੀ ਮੰਨਦੇ ਹੋ ਵੀ ਇੱਥੇ ਜਿਹੜੀ ਕਿੰਨਾ ਸਮਾਂ ਖਾਵੇ ਉਹ ਅਤੇ ਉਦੋਂ ਬਾਅਦ ਸੰਭਾਵਨਾ ਹੈਗੀ ਹੈ ਵੀ ਜਿਹੜਾ ਉਹ ਟੀਕਾ ਹੈ ਉਹ ਲੱਗਣੋਂ ਹਟ ਜੂਗਾ ਜਾਂ ਸ਼ੂਗਰ ਜਦੋਂ ਖਤਮ ਹੋ ਜੂ ਇਹਦੇ ਨਾਲ ਲਗਾਤਾਰ ਖਾਣ ਨਾਲ ਹਾਂਜੀ ਜਦੋਂ ਤੁਹਾਡੇ ਇਨਸੂਲਿਨ ਲੱਗਦੀ ਹੈ ਜਿਹੜੀ ਪੈਨਕਰੀ ਉਹ ਆਦੀ ਹੋ ਜਾਂਦੀ ਹੈ ਜਿਸ ਤਰ੍ਹਾਂ ਜਿਵੇਂ ਆਪਾਂ ਇੱਕ ਪੰਜਾਬੀ ਦੀ ਕਹਾਵਤ ਹੈ ਵੀ ਗੱਡੇ ਨੂੰ ਦੇਖ ਕੇ ਪੈਰ ਭਾਰੀ ਹੋ ਗਏ ਵੀ ਆਪਾਂ ਤੁਰੇ ਜਾਂਦੇ ਹਾਂ ਤੁਰੇ ਜਾਓ ਨਹੀਂ ਆਪਾਂ ਨੂੰ ਇੱਦਾਂ ਹੁੰਦਾ ਵੀ ਆਪਾਂ ਲਿਫਟ ਲੈ ਲਈਏ ਉੱਦਾਂ ਹੀ ਆਪਣੇ ਸਰੀਰ ਦੇ ਵਿੱਚ ਛੋਟਾ ਜਿਹਾ ਯੰਤਰ ਹੁੰਦਾ ਪੈਨਕਰੀਆ ਬੋਲਦੇ ਆ ਉਹਨੇ ਇਨਸੂਲਿਨ ਬਣਾਉਣੀ ਹੁੰਦੀ ਹੈ ਜਿਹੜੀ ਸ਼ੂਗਰ ਨੂੰ ਕੰਟਰੋਲ ਕਰਦੀ ਹੈ ਜੀ ਜਦੋਂ ਆਪਾਂ ਬਾਹਰੋਂ ਇਨਸੂਲਿਨ ਲੈਣ ਲੱਗ ਜਾਂਦੇ ਹਾਂ ਤਾਂ ਉਹ ਵੀ ਯਾਨੀ ਕਿ ਇੱਕ ਤਰ੍ਹਾਂ ਨਾਲ ਫਿਰ ਨਿਰਭਰ ਹੋ ਜਾਂਦੀ ਵੀ ਮੈਨੂੰ ਇਨਸੂਲਿਨ ਤਾਂ ਮਿਲ ਹੀ ਜਾਣੀ ਇਹ ਜਦੋਂ ਤੁਸੀਂ ਮੂਲ ਅਨਾਜ ਖਾਣੇ ਸ਼ੁਰੂ ਕਰੋਗੇ ਇਹਦੇ ਨਾਲ ਇਨਸੂਲਿਨ ਸਾਡੇ ਕੋਲ ਯਾਨੀ ਕਿ ਜਿਸ ਤਰ੍ਹਾਂ ਇੱਕ ਡਾਕਟਰ ਸਤਪਾਲ ਸਿੰਘ ਹੈ ਫਰੀਦਕੋਟ ਉਹਨਾਂ ਦੇ ਬੇਟੇ ਦੇ ਲੱਗਦੀ ਸੀਗੀ ਜੀ ਉਹਨਾਂ ਦੇ ਲੱਗਦੀ ਸੀਗੀ 28-28 ਯੂਨਿਟ 4 ਟਾਈਮ ਜੀ ਅੱਛਾ ਅਤੇ ਇਸ ਟਾਈਮ ਉਹਨਾਂ ਦੇ ਸਿਰਫ 12 ਜਾਂ 17 ਯੂਨਿਟ ਲੱਗ ਰਹੀ ਹੈ 3 ਟਾਈਮ ਖਤਮ ਹੈ 1 ਟਾਈਮ ਹੀ ਲੱਗ ਰਹੀ ਹੈ ਜਰਨੈਲ ਸਿੰਘ ਗਹਿਲ ਪਿੰਡ ਤੋਂ ਨੇ ਜੀ ਜਿਨ੍ਹਾਂ ਦੀ ਇਨਸੂਲਿਨ ਬੰਦ ਹੋ ਚੁੱਕੀ ਹੈ ਹੋਰ ਅਨੇਕਾਂ ਸਾਡੇ ਕੋਲ ਇੱਦਾਂ ਦੇ ਯਾਨੀ ਕਿ ਜਿਹੜੇ ਮੈਂ ਰਿਜ਼ਲਟ ਵੇਖੇ ਆ ਵੀ ਇਨਸੂਲਿਨ ਬੰਦ ਹੋ ਹਾਂਜੀ ਵੀਡੀਓ ਸਾਡੇ ਕੋਲ ਹੈਗੀਆਂ ਬਕਾਇਦਾ ਕੰਟੈਕਟ ਨੰਬਰ ਵੀ ਇੱਦਾਂ ਨੇ ਵੀ ਅਸੀਂ ਇਕੱਲੀ ਵੀਡੀਓ ਬਣਾਈਏ ਤੁਸੀਂ ਪੇਸ਼ੈਂਟ ਨਾਲ ਡਾਇਰੈਕਟਲੀ ਵੀ ਸੰਪਰਕ ਕਰ ਸਕਦੇ ਵੀ ਵਾਕਈ ਇਹ ਹੈ ਜਾਂ ਇਕੱਲੀ ਗੱਲਬਾਤ ਹੀ ਹੈ ਅਤੇ ਵਾਕਈ ਯਾਨੀ ਕਿ ਸ਼ਾਨਦਾਰ ਰਿਜ਼ਲਟ ਨੇ ਜੀ ਹੋਰ ਇਹਦੇ ਨਾਲੋਂ ਹੋਰ ਕਿਹੜੀ ਚੀਜ਼ ਹੈ ਜਿਹੜੀ ਤੁਹਾਡੇ ਕੋਲ ਔਰਗੈਨਿਕ ਤੁਹਾਡੇ ਕੋਲ ਗੁੜ ਪਿਆ ਹਾਂਜੀ ਇਹ ਗੁੜ ਫਿਰ ਕਿੱਥੋਂ ਆਇਆ ਔਰਗੈਨਿਕ ਇਹ ਔਰਗੈਨਿਕ ਜੀ ਸਾਡੇ ਇੱਥੇ ਲੱਗ ਗਈ ਇਲਾਕੇ ਦੇ ਵਿੱਚ ਬਲਵਿੰਦਰ ਸਿੰਘ ਜੀ ਘੋੜੀਆ ਨੇ ਜਿਹੜੇ ਪਿਛਲੇ 8-10 ਸਾਲ ਤੋਂ ਔਰਗੈਨਿਕ ਖੇਤੀ ਕਰ ਰਹੇ ਹੈ ਔਰਗੈਨਿਕ ਖੇਤੀ ਵੀ ਕਈ ਲੋਕ ਕੀ ਕਰਦੇ ਵੀ ਝੋਨਾ ਲਾਤਾ ਵੱਢ ਕੇ ਕਣਕ ਬੀਜਤੀ ਜੀ ਕਣਕ ਦੇ ਉੱਪਰ ਕੋਈ ਰੇਹ ਸਪਰੇਅ ਨਹੀਂ ਕੀਤੀ ਤਾਂ ਉਹ ਕਹਿ ਰਹੇ ਵੀ ਇਹ ਔਰਗੈਨਿਕ ਹੈ ਉਹਨੂੰ ਯਾਨੀ ਕਿ ਜੁਨੀ ਬਰਾਸਟਿੰਗਾਂ ਜਾਂ ਡਾਕਟਰ ਹੈ ਔਰਗੈਨਿਕ ਦਾ ਸਰਟੀਫਿਕੇਟ ਨਹੀਂ ਦਿੰਦੀਆਂ ਕਿਉਂਕਿ ਲਗਾਤਾਰ 3-4 ਸਾਲ ਲੱਗ ਜਾਂਦੇ ਉਹਦੇ ਵਿੱਚੋਂ ਜ਼ਹਿਰਾਂ ਜਾਣ ਨੂੰ ਜਿਹੜੇ ਵੀਰ ਜੀ ਖਾਲਸਾ ਜੀ ਬਲਵਿੰਦਰ ਸਿੰਘ ਜੀ ਇਹ ਘੋਲੀਏ ਤੋਂ ਨੇ ਉਹ ਪਿਛਲੇ 8-10 ਸਾਲ ਤੋਂ ਉਹਨਾਂ ਨੇ ਵਾਹਣ ਦੇ ਵਿੱਚ ਕੋਈ ਰੇਹ ਸਪਰੇਅ ਨਹੀਂ ਪਾਇਆ ਹੋਇਆ ਉਹਨਾਂ ਨੂੰ ਸਰਟੀਫਿਕੇਟ ਮਿਲ ਚੁੱਕਾ ਹੈ ਹਾਂਜੀ ਉਹਨਾਂ ਖੁਦ ਦਾ ਘਲਾੜਾ ਹੈ ਉੱਥੇ ਉਹ ਗੁੜ ਤਿਆਰ ਕਰਦੇ ਆ ਅਤੇ ਉਹਨਾਂ ਤੋਂ ਅਸੀਂ ਪਰਚੇਜ ਕਰਦੇ ਹਾਂ ਜਾਂ ਹੋਰ ਵੀ ਸਾਡੇ ਨੌਨ ਹੈਗੇ ਆ ਭੈਣੀ ਹੈ ਅਗਲਾ ਸਰਚ ਕਰਦੇ ਰਹਿੰਦੇ ਵੱਖ ਵੱਖ ਥਾਵਾਂ 'ਤੇ ਕਿੱਥੇ ਜਾਣੀ ਭਰੋਸੇਯੋਗ ਅਤੇ ਵਾਕਾ ਹੀ ਵੀ ਇਹ ਨਾ ਹੋਵੇ ਵੀ ਕਹਿ ਕੇ ਕੁਛ ਦੇ ਜਿੱਦਾਂ ਕਿ ਇੱਦਾਂ ਦੇ ਵੀ ਲੋਕ ਆਏ ਪਏ ਵੀ ਥੋੜ੍ਹਾ ਜਿਹਾ ਗੰਨਾ ਬੀਜ ਲਿਆ ਉਹ ਲੋਕਾਂ ਨੂੰ ਔਰਗੈਨਿਕ ਦਿਖਾ ਕੇ ਬਾਹਰੋਂ ਲੈ ਲਿਆ ਗੰਨਾ ਅਤੇ ਉਹਦਾ ਗੁੜ ਬਣਾ ਕੇ ਵੀ ਵੇਚੀ ਜਾਂਦੇ ਇੱਦਾਂ ਵੀ ਮਾਰਕੀਟ 'ਚ ਚੱਲ ਰਿਹਾ ਪਰ ਅਸੀਂ ਯਾਨੀ ਕਿ ਪੂਰੀ ਤਹਿ ਤੱਕ ਜਾ ਕੇ ਦੇਖਦੇ ਹਾਂ ਵੀ ਕਿੱਥੋਂ ਵਾਕਾ ਹੀ ਔਰਗੈਨਿਕ ਹੈ ਕਿ ਇਕੱਲਾ ਲੇਬਲ ਹੀ ਔਰਗੈਨਿਕ ਹੈ ਇਸ ਤਰ੍ਹਾਂ ਜੀ ਹੋਰ ਕਿਹੜੀ ਚੀਜ਼ ਹੈ ਇੱਥੇ ਜਿਹਦੇ ਬਾਰੇ ਆਪਾਂ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦੇ ਸਕਦੇ ਹਾਂਜੀ ਆਪਣੀ ਜਿਹੜਾ ਇਹ ਸਟੋਰ ਹੈ ਇਹਦੇ ਉੱਤੇ ਮੇਨਲੀ ਜਿਵੇਂ ਸਿਹਤ ਨੂੰ ਰੱਖ ਕੇ ਹੀ ਬਣਾਇਆ ਗਿਆ ਇੱਥੇ ਜਿੰਨੇ ਵੀ ਤੇਲ ਹੈ ਸਰ੍ਹੋਂ ਦਾ ਤੇਲ ਹੋ ਗਿਆ ਨਾਰੀਅਲ ਦਾ ਹੋ ਗਿਆ ਤਿਲਾਂ ਦਾ ਹੋ ਗਿਆ ਮੂੰਗਫਲੀ ਹੋ ਗਈ ਅਲਸੀ ਦਾ ਤੇਲ ਹੋ ਗਿਆ ਸਾਰੇ ਲੱਕੜ ਦੇ ਕੋਲੂ 'ਚ ਹੈ ਜਿਹਨੂੰ ਕੱਚੀ ਕਹਾਣੀ ਕਹਿ ਦਿੰਦੇ ਆ ਉਹ ਲੋਅ ਟੈਂਪਰੇਚਰ 'ਤੇ ਕੱਢੇ ਹੁੰਦੇ ਉਹਦੇ ਤੱਤ ਨਹੀਂ ਮੱਚਦੇ ਸਪਾਈਲਰ ਤੋਂ ਵਿਦਾਊਟ ਹੈ ਫਿਰ ਆਪਣੀ ਹਲਦੀ ਹੋ ਗਈ ਖੁਦ ਦੀ ਅਸੀਂ ਯਾਨੀ ਕਿ ਕੁਆਲਿਟੀ ਦੇ ਨਾਲ ਬਿਲਕੁਲ ਸਮਝੌਤਾ ਨਹੀਂ ਕਰਦੇ ਜੇ ਅਸੀਂ ਹਲਦੀ ਪਸਾਉਣੇ ਵੀ ਹੈ ਤਾਂ ਇਹ ਨਹੀਂ ਵੀ ਅਸੀਂ ਰੱਖ ਕੇ ਮੁੜਿਆ ਏ ਵੀ ਭਾਈ ਹਲਦੀ ਪੀਸ ਦਿਓ ਅਸੀਂ ਉਨ੍ਹਾਂ ਚਿਰ ਕੋਲ ਬੈਠਦੇ ਹਾਂ ਵੀ ਸਾਡੀ ਹਲਦੀ ਕਿਤੇ ਅਦਲਾ ਬਦਲੀ 'ਚ ਹੋ ਕੇ ਕੋਈ ਗੜਬੜ ਨਾ ਹੋਵੇ ਅਤੇ ਹਲਦੀ ਹੁੰਦੀ ਹੈ ਗੁੜ ਹੋ ਗਿਆ ਤੇਲ ਹੋ ਗਿਆ ਕੁਛ ਦਾਲਾਂ ਵੀ ਔਰਗੈਨਿਕ ਹੁੰਦੀਆਂ ਇਸ ਟਾਈਮ ਯਾਨੀ ਕਿ ਸਾਡੇ ਕੋਲ ਸਿਰਫ ਦਾਲਾਂ ਦੇ ਵਿੱਚ 2 ਨੇ ਕਾਲੇ ਚਨੇ ਅਤੇ ਸਾਬਤ ਮੂੰਗੀ ਬਟ ਜਦੋਂ ਜਦੋਂ ਉਹ ਔਰਗੈਨਿਕ ਹੈ ਜਿਹੜੀ ਚੀਜ਼ ਕਈ ਵਾਰ ਨਹੀਂ ਔਰਗੈਨਿਕ ਹੁੰਦੀ ਉਹ ਅਸੀਂ ਕਸਟਮਰ ਨੂੰ ਪਹਿਲਾਂ ਦੱਸ ਦਿੰਦੇ ਹਾਂ ਵੀ ਇਹ ਨਹੀਂ ਹੈ ਔਰਗੈਨਿਕ ਬਾਜ਼ਾਰੂ ਹੈ ਜਾਂ ਬਿਨਾਂ ਪੋਲਿਸ਼ ਤੋਂ ਹੈ ਅਤੇ ਇੱਕ ਸਾਡੇ ਕੋਲ ਜਿਵੇਂ ਅਕੋਈ ਸਾਹਿਬ ਪਿੰਡ ਹੈ ਸੰਗਰੂਰ ਦੇ ਵਿੱਚ ਉੱਥੋਂ ਜੈਲਦਾਰ ਸਿਰਕੇ ਬਣਾਉਂਦੇ ਆ ਗੁਰਮੀਤ ਸਿੰਘ ਜੀ ਉਹ ਵੀ ਸਾਡੇ ਕੋਲ ਮੌਜੂਦ ਹੈ ਪੰਜਾਬ ਦੇ ਵਿੱਚ ਮੇ ਬੀ ਇੱਕੋ ਹੀ ਫਾਰਮ ਹੈ ਜਿਹੜੀ ਔਰਗੈਨਿਕ ਸਿਰਕੇ ਬਣਾਉਂਦੀ ਹੈ ਉਹ ਵੀ ਸਾਡੇ ਕੋਲ ਵੱਖ ਵੱਖ ਤਰ੍ਹਾਂ ਦੇ ਸਿਰਕੇ ਮੌਜੂਦ ਹੁੰਦੇ ਆ ਉਹ ਵੀ ਜੇ ਇੱਕ ਤੁਹਾਡੇ ਕੋਲ ਜਿਹੜੀ ਔਰਗੈਨਿਕ ਚੀਜ਼ ਹੈਗੀ ਹੈ ਜੀ ਇੱਕ ਬਾਹਰੋਂ ਬਾਜ਼ਾਰ 'ਚੋਂ ਮਿਲਦੀ ਹੈ ਹਾਂਜੀ ਰੇਟਾਂ ਦਾ ਫਰਕ ਹੈ ਤੁਹਾਡੇ ਸਸਤੇ ਮਹਿੰਗੇ ਦਾ ਕੀ ਨਹੀਂ ਕੋਈ ਜ਼ਿਆਦਾ ਰੇਟਾਂ ਦਾ ਫਰਕ ਨਹੀਂ ਹੈਗਾ ਉਹਦਾ ਹਰੀ ਕੰਗਣੀ ਪਈ ਹੈ ਹਾਂਜੀ ਇਹ 60 ਰੁਪਏ ਕਿਲੋ ਹੈ ਜੀ ਮਾਰਕੀਟ ਦੇ ਵਿੱਚ ਆਮ ਤੌਰ 'ਤੇ ਕੀ ਰੇਟ ਮਿਲੂ ਵੀਰੇ ਇਹ ਪਹਿਲੀ ਗੱਲ ਤਾਂ ਇਹ ਹੈ ਜੀ ਮਾਰਕੀਟ ਦੇ ਵਿੱਚ
ये बारे इन्ना लोगों नहीं ज्ञान नहीं है। दूसरी गल यह भी ये एदू महंगी भी जिमें साडी ध्यान दे विच आया भी कोई जाने कि असी 5 किलो जिहड़ा अनाज का सैट है 720 रुपये सेल करते साडे नज़दीक ही एक कोई 1000 रुपए का भी कर रहा, 1200 का भी कर रहा, एदू घट भी है। ये की होंगे भी क्वालिटी का फर्क होंगे भीर जी, एक जी कंगनी है चिड़िया पाने वाली भी आँदी है जानवरों के खाने वाली भी, तो एक जी क्वालिटी है जो डॉक्टर अमर सिंह जी आजाद ज उन्हों की टीम सुलझाती है भी कितों आप खरीदने हैं किड़े बंदे को सही है, आप जानी उतों लैके आने हैं, तो यदा किसी नाल तो कॉम्पीटिशन है ही नहीं। लोगों ने बख बख जगह तो लिजा के भी वेखे है, किसी चकैरका जो कोई पुराने होंगे ज्यादा मात्रा चक लेंगे, क्योंकि इन्हों की छिलका तारन तो बाद 4 महीने कोई लाइफ होंगी है। ये होंगे भी तुहाडा जे जिवें अपने तो परमात्मा की ठीक है कृपा चली जाता भी नहीं उन्नी रुकता नहीं है, कई फर्मा की होंगे भी ज्यादा कट्ठा लभा लिया फिर वो निकलिया नहीं, फिर वो दिक्कत आ जाती है, वो फिर प्रॉब्लम देंगे है। इदा करके कंपैरिजन वाला तो यदा कोई रेट का बाला नहीं इशू है भी मार्केट नाल है, क्योंकि मार्केट इन्ना अवेलेबल ही नहीं है। खिचड़ी यदि बनाने के बच्चे जी भ्यौ के रखना जरूरी है मिनीम 8 घंटे, ऑर्गेनिक तो है ये सरों के तेल का तड़का ला सकते हो, देसी घ्यो का ला सकते हो, तो जनू फोके भी उबाल के नूण तो हल्दी पा के घर तुहाडे जो दाल सब्जी है वह पा के खा सकते हो। जे इन तुसी तड़का ला के बनानी चाहनी है तो 8 घंटे भिओवो, 5 गुणा पानी च भिओने जिन्ने ये मिल्ट तुसी यूज़ करने हैं, वो तुहाडी जाने के फैमिली की जां अपनी 100 ग्राम है, हाँ 100 ग्राम तो 500 ग्राम पानी पा लेना, ये सारी रात भिजी रहने जो 8 घंटे, सुबह उठ के तुसी सरों के तेल च तड़का तैयार करो जिदा आप आम दाल सब्जी लिए करते हैं, बिच सने पानी इनू पाउणा, पानी वह डोलना नहीं है। हाँ तेल तो फिर इन्ना तो सूँ करना ही पैना है ना थोड़ा शुद्ध ही रहे चीज़ ऑरगैनिक तेल, बस तुसी थोड़ी सर्च करो जाने कि पहली गल तो मैं सारे दर्शक वीर भी कहना चाहूँगा भी खुद बीजो, आप ऑरगैनिक भाली ही क्यों, किसी तो भरोसा आप क्यों करिए, मेरे तो क्यों लेना, खुद ही सरों बीजो आपके हाथी तेल कढ़ाओ तुम जाने के जिहड़े नहीं खेती करते उन्होंने तो चलो मजबूरी है, जिहड़े मेरे जिमीदार भाई है जमीन जायदाद वाले तो बिल्कुल ही नहीं सोहने लगते भी कहीं चक के तेल लैन तुरे जाते हैं, तो उन्होंने तो मैं जरूर जाने के कहूँगा भी तुसी बाली नहीं तो थोड़ी अपने जोगी तो सरों ज सब्जियाँ सारा कुछ ही लाउन करे तो बिल्कुल भरोसे योग अपना तंदुरुस्त रहोगे। हाँ जी हल्दी भी है, हाँ जी ये असी जिहड़े जाने के अलग अलग खिते होंगे है सुखी भाजी, जिमें अपना खिता कणक झोने नरमे वधिया, हल्दी ज अदरक लई अपना ठीक है होंगी है, हल्दी इदा नहीं भी अपने नहीं होंगी, पर तुसी जो साउथ की हल्दी है तो अपनी हल्दी इन्हों कंपैरिजन करके वेख्यो इन्हों फर्क होगा। असी जाने के हल्दी साउथ तो परचेज करते हैं, तुम आ ही रहे उदों ही असी पीसनी छड के आए हैं, गंढगां भी होंदियां साबतनी गंढगां लैके फिर ही वह पसाने हैं, तो एक यदि क्वालिटी है जो असी पसा के लिया तो इतने भर दें, आम तौर पर बाजारू हल्दियों के चौलों की कणी पीस के पा दी जाती है, क्योंकि वो एक अजिही चीज़ है भी जिहड़ी भी तुसी मसाले ज कस भी पा दोगे वह रूप लै लेंदी है, तो वह महंगी लोग बेची जाते, पर यदि तुसी देखोगे इनू तुसी थोड़ी लिजा के घर लिजा के टंग दे नीचे तेल आ जूगा, कोई गंढी के विचों तेल नहीं कढ़िया हुआ, इतने जो भर के 2 दिन रखते हैं चकोगे तो तुहानू एक जाने की चिपचिपाहट महसूस होगी। एक तो यह भी कोई भी कस्टमर तो दुकान तक लेके जाए, हाँ जी भीर जी, दूसरे लोग अजे भी ने भी थोड़े तो ऑनलाइन मंगवाना चाहते हैं, हाँ जी, उन्होंने की उन्होंने जी साढ़े को 2 तरह के साधन है, 3 तरह की है मोस्टली, जाने के एक तो कोरीयर सर्विस है जी, वो जाने के जो साड़ी वीडियो वेखदा जां अपना कॉन्टैक्ट नंबर पता लगता तो साढ़े ना संपर्क करता है, उन्होंने एक तो असी डाइट प्लान भेजते हैं ता कि चंगी तरह बेहतर तरीके समझ के खावे, क्योंकि अधूरी जानकारी भी जाने के वधिया गल नहीं होंदी भी जे अगले पता ना हो भी किदा खाना है। पहुँचाउण दा तरीका एक तो हैगा सुखी वीर जी भी कोरीयर कर दिंदे आ आपां, कोरीयर चार्ज अगले नूं दस देईदा नाल ही रसीद भेज दीदी भी इन्ना अगले ने लिया उन्ने अगला अकाउंट दे विच पैसे पा दिंदा, जां ट्रांसपोर्ट दा हैगा बट ट्रांसपोर्ट इत्थे निहाल सिंह वाले थोड़ी कॉस्टली, असीं मोगे जाके करदे आ वो उत्थे थोड़ा सस्ता पै जांदा, तो एक हो गया जिवें साडे इत्थों बसा भी जिवें हुण असी
ਹਰੀ ਕੇ ਪੱਤਣ ਸਮਾਨ ਭੇਜਦੇ ਹਾਂ ਉਹ ਇੱਥੋਂ ਅਸੀਂ ਬੱਸ 'ਤੇ ਧਰ ਦਿੰਦੇ ਨਿਹਾਲ ਸਿੰਘ ਵਾਲੇ ਤੋਂ ਉੱਧਰੋਂ ਅਕਾਊਂਟ 'ਚ ਪੈਸੇ ਪਾਉਂਦੇ ਤਾਂ ਸਾਨੂੰ ਦੱਸ ਦਿੱਤਾ ਜਾਂਦਾ ਵੀ ਇਸ ਟਾਈਮ ਬੱਸ ਪਹੁੰਚ ਜੂ ਬੱਸ ਸਰਵਿਸ ਰਾਹੀਂ ਟਰਾਂਸਪੋਰਟ ਰਾਹੀਂ ਅਤੇ ਕੋਰੀਅਰ ਸਰਵਿਸ ਰਾਹੀਂ ਤਿੰਨ ਸਰਵਿਸ ਰਾਹੀਂ ਔਨਲਾਈਨ ਅਸੀਂ ਡਿਲੀਵਰੀ ਆਲਰੇਡੀ ਕਰ ਰਹੇ ਹਾਂ। ਹਾਂਜੀ ਦੋਸਤੋ, ਤੁਸੀਂ ਡਾਕਟਰ ਗੁਰਜੀਤ ਨਾਲ ਹੋਈ ਗੱਲਬਾਤ ਨੂੰ ਸੁਣਿਆ ਅਤੇ ਸਾਡਾ ਇਹੀ ਮਕਸਦ ਹੈ ਕਿ ਅਸੀਂ ਅਲੱਗ ਅਲੱਗ ਤਰ੍ਹਾਂ ਦੀ ਜਿਹੜੀ ਇੰਟਰਵਿਊਜ ਨੇ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਤਾਂ ਕਿ ਅਸੀਂ ਇੱਕ ਚੰਗਾ ਪੰਜਾਬ ਹੈ ਉਹ ਸਿਰ ਸਕੀਏ ਅਤੇ ਲੋਕਾਂ ਨੂੰ ਜਾਗਰੂਕ ਕਰ ਸਕੀਏ। ਤੁਸੀਂ ਬਹੁਤ ਸਾਰੀਆਂ ਗੱਲਾਂ ਸੁਣੀਆਂ, ਬਹੁਤ ਸਾਰੀਆਂ ਜਿਹੜੀਆਂ ਫਸਲਾਂ ਨੇ ਅਸੀਂ ਖੁਦ ਬੀਜ ਸਕਦੇ ਹਾਂ ਅਤੇ ਅਸੀਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਸੋ ਬਣੇ ਰਹੋ ਸਿਰਲੇਖ ਦੇ ਨਾਲ।